ਗੁਰਮੁਖੋ ਮੈਂ ਬੇਨਤੀ ਕਰਾਂ ਮੇਰੇ ਸਤਿਗੁਰੂ ਮਹਾਰਾਜ ਹਿਮਾਚਲ ਦੀ ਧਰਤੀ ਤੇ ਜਦੋਂ ਗਏ ਨਾ ਧੰਨ ਗੁਰੂ ਗੋਬਿੰਦ ਸਿੰਘ ਜੀ ਤੇ ਹਿਮਾਚਲ ਦੀ ਧਰਤੀ ਤੇ ਇੱਕ ਸ਼ਹਿਰ ਹੈ ਜਿਹਦਾ ਨਾਮ ਹੈ ਰਵਾਲਸਰ ਸਾਹ ਸਾਧ ਸੰਗਤ ਰਵਾਲਸਰ ਦੀ ਧਰਤੀ ਤੇ ਮੇਰੇ ਸਤਿਗੁਰੂ ਮਹਾਰਾਜ ਗਏ ਉਹ ਧਰਤੀ ਦੇ ਉਤੇ 22 ਤਾਰ ਦੇ ਰਾਜਿਆਂ ਨਾਲ ਮੁਲਾਕਾਤ ਹੋਈ ਹੈ 22 ਤਾਰ ਦੇ ਰਾਜੇ ਜਿਹੜੇ ਸੀ ਨਾ ਮੇਰੇ ਸਤਿਗੁਰੂ ਮਹਾਰਾਜ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਈ ਤੇ ਮੇਰੇ ਗੁਰੂ ਮਹਾਰਾਜ ਜੀ ਨੇ ਸਾਧ ਸੰਗਤ ਨੂੰ ਇੱਕ ਗੱਲ ਆਖੀ ਸੀ ਕਹਿੰਦੇ ਤੁਸੀਂ ਛਤਰੀਆਂ ਦੀ ਕੌਮ ਹੋ ਸ਼ਸਤਰ ਧਾਰੀ ਕੌਮ ਹੋ ਆਪਣੇ ਆਪ ਨੂੰ ਰਾਜੇ ਅਖਵਾਉਨੇ ਹੋ ਤੁਹਾਡਾ ਕਿਤੇ ਰਾਜ ਨਹੀਂ ਆਇਆ ਦਿੱਲੀ ਦੇ ਉੱਤੇ ਚਲੋ ਤੇਗਾ ਚੁੱਕੋ ਸ਼ਸਤਰ ਤੁੱਕੋ ਤੁਹਾਡਾ ਰਾਜ ਕਰਵਾ ਦੇਗੀ ਖਿਆਲ ਕਰ ਜੇ ਅੱਜ ਦੀ ਸਾਧ ਸੰਗਤ ਮੇਰੇ ਸਤਿਗੁਰੂ ਮਹਾਰਾਜ ਨੇ ਆ ਗੱਲ ਆਖੀ ਚਲੋ ਦਿੱਲੀ ਦੇ ਉੱਤੇ ਤੁਹਾਡਾ ਰਾਜ ਕਰਾ ਦੇਗੀ ਤੇ ਜਿਹੜੇ ਅੱਜ ਦੇ ਲੋਕ ਨੇ ਮੈਂ ਮਾਫ ਕਰਨਾ ਮੈਂ ਕਿਸੇ ਦਾ ਨਾਮ ਲੈ ਕੇ ਉਹਨੂੰ ਹਾਈਲਾਈਟ ਨਹੀਂ ਕਰੂੰਗਾ ਉਹ ਕੌਣ ਹੈ ਤੁਸੀਂ ਸਾਰੀ ਸੰਗਤ ਸੂਝਮਾਨ ਹੋ ਆਪ ਜਾਣਦੇ ਹੋ ਜਦੋਂ ਸਾਡਾ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਨਾ ਸਾਡੇ ਜਜ਼ਬੇ ਇਸ ਤਲ ਦੇ ਉੱਤੇ ਸੀ ਅਸੀਂ ਇਹ ਗੱਲ ਆਖਦੇ ਸੀ ਵੀ ਦਿੱਲੀ ਦੀ ਧਰਤੀ ਕੀ ਐ ਦਿੱਲੀ ਦੀ ਧਰਤੀ ਨੂੰ ਸਾਡੇ ਬਜ਼ੁਰਗਾਂ ਨੇ ਸਾਡੇ ਬਾਬਿਆਂ ਨੇ 17 ਵਾਰ ਫਤਿਹ ਕੀਤਾ ਜਦੋਂ ਆਹ ਗੱਲ ਉਹਦੇ ਕੰਨਾਂ ਦੇ ਵਿੱਚ ਗਈ ਨਾ ਤੇ ਫਿਰ ਜਦੋਂ ਕਹਿੰਦੇ ਨੇ ਨਾ ਵੀ ਸੱਚ ਕਿਸੇ ਦੇ ਕੰਨਾਂ ਦੇ ਵਿੱਚ ਪੈਂਦਾ ਜੇ ਝੂਠ ਦਾ ਪੁਜਾਰੀ ਬੰਦਾ ਹੋਵੇ ਉਹਦੇ ਪੈਰ ਹਿੱਲ ਜਾਂਦੇ ਨੇ ਉਹਨੇ ਇੱਕ ਗੱਲ ਆਖੀ ਕਹਿੰਦਾ ਦਿੱਲੀ ਨੂੰ ਤਾਂ ਮੈਂ ਉਹਦੇ ਸ਼ਬਦ ਬੋਲਣ ਲੱਗਾ ਸਾਧ ਸੰਗਤ ਮਾਫੀ ਚਾਹੁੰਨਾ ਮੈਂ ਸਤਿਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਖੜਾ ਆਪ ਸੰਗਤ ਨੂੰ ਮਾਫੀ ਮੰਗ ਕੇ ਇਹ ਗੱਲ ਆਖਣ ਲੱਗਾ ਵੀ ਜਿਹੜੇ ਉਹਦੇ ਸ਼ਬਦ ਨੇ ਨਾ ਉਹਨੇ ਸ਼ਬਦ ਇਹ ਗੱਲ ਆਖੀ ਕਿ ਕਹਿੰਦੇ ਦਿੱਲੀ ਨੂੰ ਤਾਂ ਤੁਹਾਡੇ ਪਿਤਾ ਤੁਹਾਡੇ ਗੁਰੂ ਦੀ ਔਕਾਤ ਨਹੀਂ ਸੀ ਜਿੱਤਣ ਦੀ ਤੁਸੀਂ ਕਿਵੇਂ ਜਿੱਤ ਸਕਦੇ ਹੋ ਉਹਦੇ ਸ਼ਬਦ ਆ ਸੀ ਤੇ ਗੁਰੂ ਪਿਆਰ ਵਾਲਿਓ ਮੇਰੇ ਸਤਿਗੁਰੂ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹ ਨੇ ਕਿ ਜਿਨ੍ਹਾਂ ਨੇ ਉਸ ਸਮੇਂ ਦੇ ਉਹਨਾਂ ਰਾਜਾਂ ਉਹ ਛਤਰੀਆਂ ਦੀ ਕੌਮ 22 ਧਾਰ ਦੇ ਰਾਜੇ 22 ਰਿਆਸਤਾਂ ਦੀਆਂ ਫੌਜਾਂ ਥੋੜੀਆਂ ਨਹੀਂ ਹੁੰਦੀਆਂ ਭੈਰਯਾਸ਼ਤਾਨੀਆਂ ਫੌਜਾ ਨੂੰ ਮੇਰੇ ਸਤਿਗੁਰੂ ਮਹਾਰਾਜ ਨੇ ਇਹ ਗੱਲ ਆਖੀ ਹੈ ਸ਼ਾਸਤਰ ਚੁੱਕੋ ਤੁਹਾਡਾ ਰਾਜ ਕਰਵਾ ਦਈਗੇ ਤੇ ਇਹ ਉਹੀ ਦਿੱਲੀ ਦੀ ਧਰਤੀ ਹੈ ਜਿਹੜੀ ਦਿੱਲੀ ਦੀ ਧਰਤੀ ਦੇ ਉੱਤੇ ਮੇਰੇ ਗੁਰੂ ਦੇ ਸਿੰਘਾ ਮੇਰੇ ਗੁਰੂ ਦੇ ਲਾੜਨੀ ਫੌਜ ਕਈ ਵਾਰ ਇਸ ਧਰਤੀ ਦੇ ਉੱਤੇ ਚੜ ਕੇ ਆਈ ਤੇ ਪ੍ਰਚਲਿਤ ਪਤਾ ਕੀ ਸੀ ਅਖਾਣ ਕੀ ਪ੍ਰਚਲਿਤ ਸੀ ਸਿੰਘਾਂ ਦੇ ਵਿੱਚ ਕਹਿੰਦੇ ਸਿੰਘੋ ਜਿੱਦਾਂ ਦੀ ਬਿੱਲੀ ਮਾਰ ਲਈ ਓਦਾਂ ਦੀ ਦਿੱਲੀ ਮਾਰ ਲਈ ਦਿੱਲੀ ਨੂੰ ਜਿਤਨਾ ਕੋਈ ਵੱਡੀ ਗੱਲ ਨਹੀਂ ਸਾਡੇ ਗੁਰੂ ਦੇ ਜਿਹੜੇ ਯੋਧੇ ਨੇ ਨਾ ਉਹ ਸੂਰਮੇ ਦੇ ਉਹਨਾਂ ਆਪਣੇ ਘੋੜਿਆਂ ਦੇ ਪਿੱਛੇ ਇਹ ਜਿਹੜੀ ਇਹਨਾਂ ਦੀ ਸੈਲ ਹੈ ਉਹ ਪਾਕਤ ਸ਼੍ਰੀ ਦਰਬਾਰ ਸਾਹਿਬ ਦੀ ਧਰਤੀ ਦੇ ਉੱਤੇ ਲੈ ਕੇ ਆਂਦੀ ਹੈ ਤਖਤ ਨੂੰ ਵਿਗਾਰਨ ਵਾਲੀ ਗੱਲ ਆ ਤਖਤ ਦੇ ਉੱਤੇ ਬਹਿਣ ਵਾਲੀ ਗੱਲ ਆ ਸਾਧ ਸੰਗਤ ਗੁਰੂ ਦੀਆਂ ਫੌਜਾਂ ਨੇ ਕੀਤੀ ਹੈ ਮੇਰੇ ਸਤਿਗੁਰੂ ਮਹਾਰਾਜ ਸਤਿਗੁਰੂ ਮਹਾਰਾਜ ਦੀ ਉਹ ਨਦਰ ਜੇ ਕਿਸੇ ਦੇ ਉੱਤੇ ਪੈ ਜਾਵੇ ਉਹ ਭਾਵੇਂ ਪਖਾਰੀ ਹੋਵੇ ਰਾਜਾ ਬਣ ਜਾਂਦਾ ਹੈ ਤੇ ਗੁਰੂ ਪਿਆਰ ਵਾਲਿਓ ਹੁਣ ਉਹਨਾਂ ਲੋਕਾਂ ਨੇ ਗੱਲਾਂ ਕੀਤੀਆਂ ਉਹਨਾਂ ਲੋਕਾਂ ਨੇ ਆਖਿਆ ਵੀ ਨੀਵੀਆਂ ਜਾਤਾਂ ਵਾਲੇ ਜਿਹੜੇ ਨੇ ਨਾ ਉਹਨਾਂ ਨੂੰ ਇਸ ਧਰਤੀ ਦੇ ਉੱਤੇ ਆਪਣੀ ਫੌਜ ਦੇ ਵਿੱਚ ਭਰਤੀ ਕਰ ਲਿਆ ਤੇ ਰਵਾਲਸਰ ਦੀ ਧਰਤੀ ਦੇ ਉੱਤੇ ਮੇਰੇ ਸਤਿਗੁਰੂ ਮਹਾਰਾਜ ਨੇ ਇਹਨਾਂ 22 ਤਾਰ ਦੇ ਰਾਜਿਆਂ ਨੂੰ ਇੱਕ ਗੱਲ ਆਖੀ ਸੀ ਕਿਨੇ ਤੁਹਾਡਾ ਰਾਜ ਕਰਵਾ ਦਈਏ ਸ਼ਸਤਰ ਚੁੱਕੋ ਕਹਿੰਦੇ ਜੀ ਇਹ ਤਾਂ ਬੜੀ ਵੱਡੀ ਗੱਲ ਹੈ ਬਈ ਦਿੱਲੀ ਦੀ ਧਰਤੀ ਤੇ ਸਾਡਾ ਰਾਜ ਕਦੇ ਨਹੀਂ ਆਇਆ ਸੀ ਰਾਜ ਕਰਾਂਗੇ ਮਹਾਰਾਜ ਕਹਿੰਦੇ ਇੱਕ ਸ਼ਰਤ ਹੈ ਕਹਿੰਦੇ ਜੀ ਕਿਹੜੀ ਸ਼ਰਤ ਆ ਸਤਿਗੁਰੂ ਮਹਾਰਾਜ ਕਹਿੰਦੇ ਅਮਰਤ ਸ਼ਕਲੋ ਸਿੰਘ ਸਾਜੋ ਤੁਹਾਡਾ ਰਾਜ ਕਰਵਾ ਦੇਵਾਂਗੇ ਜਦੋਂ ਅੰਮ੍ਰਿਤ ਛਕਣ ਦੀ ਗੱਲ ਆਈ ਨਾ ਕਹਿੰਦੇ ਜੀ ਅੰਮ੍ਰਿਤ ਦਾ ਛਕ ਲਵਾਂਗੇ ਪਰ ਆਹ ਅੰਮ੍ਰਿਤ ਨਹੀਂ ਛਕਣਾ ਜਿਹੜਾ ਆ ਸਾਰੇ ਛਕਦੇ ਨੇ ਜਿਹੜੇ ਨੀਵੀਂ ਜਾਤਾਂ ਵਾਲੇ ਵੀ ਇੱਕੋ ਜਗ੍ਹਾ ਤੇ ਛਕੀ ਜਾਂਦੇ ਨੇ ਅਸੀਂ ਉਸ ਬਾਟੇ ਦੇ ਵਿੱਚੋਂ ਅੰਮ੍ਰਿਤ ਨਹੀਂ ਛਕਣਾ ਸਾਡਾ ਅੰਮ੍ਰਿਤ ਵੀ ਤਿਆਰ ਹੋਏਗਾ ਤੇ ਵੱਖਰਾ ਤਿਆਰ ਹੋਏਗਾ ਮਾਫ ਕਰਿਆ ਜੇ ਸਾਧ ਸੰਗਤ ਅੱਜ ਗੁਰੂ ਦੇ ਪੁੱਤਰ ਕਹੌਣ ਵਾਲੇ ਮੈਂ ਕਹੌਣ ਵਾਲਿਆਂ ਦੀ ਗੱਲ ਕਰਨ ਵਾਲਿਆਂ ਹੋਣ ਵਾਲਿਆਂ ਦੀ ਨਹੀਂ ਜਿਹੜੇ ਕਹੋਂਦੇ ਨੇ ਨਾ ਆਪਦੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਨਾਨਕ ਦੇ ਪੁੱਤਰ ਜਦੋਂ ਉਹਨਾਂ ਦੇ ਡੇਰਿਆਂ ਦੇ ਉੱਤੇ ਜਾਓਗੇ ਉਹਨਾਂ ਨੇ ਅੰਮ੍ਰਿਤ ਵੀ ਵੱਖੋ-ਵੱਖਰੇ ਤਿਆਰ ਕੀਤੇ ਹੋਏ ਨੇ ਅੰਮ੍ਰਿਤ ਵੀ ਵੱਖੋ-ਵੱਖਰੇ ਤਿਆਰ ਕੀਤੇ ਹੋਏ ਨੇ ਭਾਂਡੇ ਵੀ ਵੱਖੋ-ਵੱਖਰੇ ਨੇ ਆ ਨੀਵੀਂ ਜਾਤ ਦਾ ਅੰਮ੍ਰਿਤ ਹੈ ਆ ਨੀਵੀਂ ਜਾਤ ਦੇ ਭਾਂਡੇ ਨੇ ਆ ਉੱਚੀ ਜਾਤ ਦੇ ਭਾਂਡੇ ਨੇ ਆ ਉੱਚੀ ਜਾਤ ਦਾ ਅੰਮ੍ਰਿਤ ਹੈ ਤੇ ਗੁਰੂ ਪਿਆਰ ਵਾਲਿਓ ਮੇਰੇ ਸਤਿਗੁਰੂ ਮਹਾਰਾਜ ਨੂੰ ਜਦੋਂ ਆਖਣ ਲੱਗੇ ਨਾ ਵੀ ਨੀਵੀਆਂ ਜਾਤਾਂ ਵਾਲਿਆਂ ਨਾ ਅਸੀਂ ਅੰਮ੍ਰਿਤ ਨਹੀਂ ਛਕਣਾ ਸਤਿਗੁਰੂ ਮਹਾਰਾਜ ਨੇ ਆਖਿਆ ਕਹਿੰਦੇ ਭਾਈ ਹਜੇ ਤਾਂ ਤੁਹਾਡਾ ਰਾਜ ਨਹੀਂ ਜਦੋਂ ਤੁਹਾਡਾ ਰਾਜ ਹੋਇਆ ਉਦੋਂ ਤੁਹਾਡਾ ਹੰਕਾਰ ਬੜੀਆਂ ਸਿਖਰਾਂ ਦੇ ਉੱਤੇ ਚੜਨਦਾ ਖਿਆਲ ਕਰਿਆ ਜੇ ਮਹਾਰਾਜ ਨੇ ਇਹ ਬਚਨ ਕੀਤੇ ਸੀ ਜਦੋਂ ਤੁਹਾਡਾ ਰਾਜ ਹੋਇਆ ਨਾ ਤੁਹਾਡਾ ਹੰਕਾਰ ਬੜੀਆਂ ਸਿਖਰਾਂ ਦੇ ਉੱਤੇ ਚੜਨਾ ਹੈ ਤੇ ਸਾਧ ਸੰਗਤ ਅੱਜ ਰਾਜ ਵੀ ਉਹਨਾਂ ਲੋਕਾਂ ਦਾ ਵੈ ਤੇ ਉਹਨਾਂ ਦਾ ਹੰਕਾਰ ਕਿਹੜੀ ਸਿਖਰ ਦੇ ਉੱਤੇ ਚੜਿਆ ਇਹ ਅਸੀਂ ਅੱਖਾਂ ਨਾਲ ਦੇਖ ਸਕਦੇ ਹਾਂ ਉਹ ਬੰਦੇ ਨੂੰ ਬੰਦਾ ਨਹੀਂ ਸਮਝਣ ਵਾਲੇ ਮੇਰੇ ਸਤਿਗੁਰੂ ਮਹਾਰਾਜ ਕਹਿੰਦੇ ਤੁਹਾਡਾ ਹੰਕਾਰ ਤਾਂ ਸਿਖਰਾਂ ਦੇ ਉੱਤੇ ਚੜਨਾ ਹੈ ਸਤਗੁਰੂ ਦਾਤਾਰ ਪਿਤਾ ਕਹਿੰਦੇ ਅਸੀਂ ਬਗਾਨੇ ਪੁੱਤਾਂ ਦਾ ਕਿਉਂ ਮੂੰ ਚੁੰਮਾਂਗੇ ਸਾਡੇ ਆਪਣੇ ਪੁੱਤਰ ਨੇ ਇਨ ਗਰੀਬ ਸਿੰਘਣ ਕੋ ਦਿਉ ਪਾਤਸ਼ਾਹੀ ਜਿਹੜੇ ਮੇਰੇ ਪੁੱਤਰ ਨੇ ਨਾ ਜਿਹੜਾ ਮੇਰਾ ਖਾਲਸਾ ਹੈ ਖਾਲਸਾ ਕੌਣ ਹੈ ਜੀਨੂੰ ਮੇਰੇ ਸਤਗੁਰੂ ਮਹਾਰਾਜ ਨੇ ਆਖਿਆ ਜੱਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਜਿਉ ਮੈਂ ਸਾਥ ਤੇ ਨਾਲ ਹੀ ਕਹਿੰਦੇ ਨੇ ਜਬ ਇਹ ਗਹ ਹੈ ਵਿਪਰਨ ਕੀ ਰੀਤ ਮੈਂ ਮੈਂ ਨਾ ਕਰੂੰ ਇਨਕੀ ਪ੍ਰਤੀਤ ਮਹਾਰਾਜ ਕਹਿੰਦੇ ਜੇਕਰ ਇਹ ਨਿਆਰਾ ਰਹੇਗਾ ਦੁਨੀਆ ਦੇ ਕਰਮ ਕਾਂਡਾ ਤੋਂ ਵੱਖਰਾ ਰਹੇਗਾ ਦੁਨੀਆ ਦੀ ਭੇੜ ਚਾਲ ਦੇ ਵਿੱਚ ਨਹੀਂ ਆਉਂਦਾ ਉਹਨਾਂ ਚਿਰ ਸਤਿਗੁਰੂ ਕਹਿੰਦੇ ਮੈਂ ਇਹਦੀ ਪ੍ਰਤੀਤ ਕਰਾਂਗਾ ਇਹਦੇ ਨਾਲ ਰਵਾਂਗਾ ਜਬ ਇਹ ਗਹ ਹੈ ਵਿਪਰਨ ਕੀ ਰੀਤ ਜਦੋਂ ਬ੍ਰਾਹਮਣਵਾਦੀ ਰੀਤਾਂ ਦੇ ਵਿੱਚ ਚੱਲਿਆ ਗਿਆ ਫਿਰ ਸਤਿਗੁਰੂ ਮਹਾਰਾਜ ਕਹਿੰਦੇ ਮੈਂ ਇਹਦੀ ਪ੍ਰਤੀਤ ਨਹੀਂ ਕਰਾਂਗਾ ਤੇ ਸਾਧ ਸੰਗਤ ਉਹ ਲੋਕ ਓ ਗੁਰੂ ਦੇ ਸਿੱਖ ਮੇਰੇ ਸਤਿਗੁਰੂ ਮਹਾਰਾਜ ਕਹਿੰਦੇ ਜਿਹੜੇ ਮੇਰੇ ਸਿੱਖ ਨੇ ਨਾ ਜਿਹੜੇ ਮੇਰੇ ਕਹਣੇ ਦੇ ਵਿੱਚ ਨੇ ਜਿਹੜੇ ਇੱਕ ਅਕਾਲ ਨੂੰ ਮੰਨਣ ਵਾਲੇ ਨੇ ਜਿਹੜੇ ਕਰਮ ਕਾਂਡਾ ਦੇ ਵਿੱਚ ਨਹੀਂ ਪੈਂਦੇ ਜਿਨ੍ਹਾਂ ਦੇ ਵਿੱਚ ਹੰਕਾਰ ਨਹੀਂ ਇਨ ਗਰੀਬ ਸਿੰਘਣ ਕੋ ਦਿਉ ਬਾਦਸ਼ਾਹੀ ਯਾਦ ਕਰੇ ਜੇ ਹਮਰੀ ਗੁਰਿਆਈ ਇਹ ਯਾਦ ਕਰਨਗੇ ਵੀ ਸਾਡਾ ਇੱਕ ਪਾਤਸ਼ਾਹ ਹੋਇਆ ਸਾਡਾ ਇੱਕ ਗੁਰੂ ਹੋਇਆ ਗੁਰੂ ਗੋਬਿੰਦ ਸਿੰਘ ਜਿਨੇ ਸਾਨੂੰ ਬਾਦਸ਼ਾਹ ਨਹੀਂ ਬਾਦਸ਼ਾਹ ਦੁਨੀਆ ਦਾ ਮਾਲਕ ਹੋ ਸਕਦਾ ਹੈ ਬਾਦਸ਼ਾਹ ਇੱਕ ਦੇਸ਼ ਦਾ ਮਾਲਕ ਹੋ ਸਕਦਾ ਹੈ ਸਤਿਗੁਰੂ ਨੇ ਸਾਨੂੰ ਦੂਹਾ ਜਹਾਨਾ ਦੇ ਪਾਤਸ਼ਾਹ ਬਣਾਇਆ ਦੋਹਾਂ ਜਹਾਨਾਂ ਦਾ ਪਾਤਸ਼ਾਹ ਸਾ ਸੰਗਤ ਜਿਹੜਾ ਇਸ ਧਰਤੀ ਦੇ ਉੱਤੇ ਰਵੇ ਕਿਸ ਦੀ ਮਰਜ਼ੀ ਜਗ੍ਹਾ ਦੇ ਉੱਤੇ ਚਲਿਆ ਜਾਵੇ ਉਹ ਦੋਹਾਂ ਜਹਾਨਾਂ ਦਾ ਮਾਲਕ ਹੋਏ